हेलो बीबर्स अगर आपकी आंखों पर आईलैश कम है तो फिर हम ऐसे लगाएंगे कि पहले माउथ मस्कारा लगा लेंगे थोड़ा सा फिर इसके ऊपर गिलू लगा लेंगे तो हूँ आप करिए पंजाबी शुरू फिर थोड़ी जी गिलू ला, ला लेनी गिलू लाने ला एल्फी नहीं लानी आ देखो जी अस गिलू ला लगे हल्का हल्का आई गिलू जी मिलती बाजारों वो पढ़ के ला लेनी ला के तो फिर असें कर लेनी आईलैश कट आईलैश तो तेन पता है झमणिया ਜੰਮਣੀਆਂ ਲੈ ਲੈਣੀਆਂ ਮੈਨੂੰ ਕੱਟ ਲੈਣਾ ਚਾਰ ਹਿੱਸਿਆਂ 'ਚ ਆ ਦੇਖੋ ਜੇ ਹੁਣ ਸਾਡੀ ਕਲਾਇੰਟ ਤੇ ਲੱਗਣ ਲੱਗਾ ਆ ਅਸੀਂ ਫੜ ਕੇ ਤੇ ਚਿਮੜਤਾ ਮੁੜ ਕੇ ਚਿਮਟੀ ਦੇ ਨਾਲ ਹੀ ਅਸੀਂ ਇਹਨੂੰ ਫੜ ਕੇ ਦੋਵਾਂ ਪਾਸੋਂ ਕੱਟ ਦੇਣਾ ਦੂਜੀ ਆਈਲੈਸ਼ ਲੱਗਣ ਲੱਗੀ ਤੇ ਹੌਲੀ-ਹੌਲੀ ਅਸੀਂ ਦੰਤਾਂ ਚਾਰ ਲੈ ਲੈਣੀਆਂ ਸਟੈਂਸ਼ਨ ਆਈਲੈਸ਼ ਜੰਮਣੀਆਂ ਕਟੀਆਂ ਹੋਈਆਂ ਤੇ ਇਹ ਅੱਖਾਂ ਦੇ ਉੱਪਰ ਨਹੀਂ ਲਾਣੀਆਂ ਇਹ ਨੀਚੇ ਵਾਲੇ ਪਾਸੇ ਲਾਣੀਆਂ ਤਾਂ ਕਿ ਉਹ オリジナル ਲੱਗੇ ਤੇ ਨੇਚਰਲ ਲੱਗੇ ਅਦੇਖੋ ਜੀ ਅੰਦਰਲੇ ਪਾਸੇ ਤੇ ਇੰਨੀਆਂ ਨੀਵੀਆਂ ਵੀ ਨਹੀਂ ਲਾਣੀਆਂ ਕਿ ਅੱਖਾਂ ਦੇ ਵਿੱਚ ਚੁਬੇ ਠੀਕ ਹੈ ਜੀ ਹੌਲੀ ਹੌਲੀ ਛੱਡੀ ਆ ਕੰਪਲੀਟ ਹੁੰਦੀ ਜਾਂਦੀ ਤੇ ਇਹਦੇ ਨਾਲ ਹੀ ਇਹ ਖੂਬਸੂਰਤ ਵੀ ਦੇਖ ਦੀ ਸੋਹਣੀ ਤੇ ਚੰਗੀ ਬਾਹਲੀ ਚੰਗੀ ਠੀਕ ਹੈ ਤੇ ਵੱਡੀਆਂ ਵੱਡੀਆਂ ਜਿੰਨਾਂ ਦੀਆਂ ਛੋਟੀਆਂ ਛੋਟੀਆਂ ਆਈਲੈਸ਼ਾਂ ਚਮੜੀਆਂ ਉਹ ਪਰੇਸ਼ਾਨ ਨਾ ਹੋਣ ਉਹ ਇਸ ਤਰੀਕੇ ਦੇ ਨਾਲ ਆਦੇ ਚਮੜੀਆਂ ਵੱਡੀਆਂ ਕਰ ਸਕਦੀਆਂ ਤੇ ਸੋਹਣੀਆਂ ਦੇਖ ਸਕਦੀਆਂ ਅੱਜ ਕੱਲ੍ਹ ਬਾਜ਼ਾਰ ਚੋਂ ਹਰ ਕੁਝ ਮਿਲਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਆ ਕਰੋ ਤਾਂ ਆਪਣੇ ਪੈਨ ਨੂੰ ਸਪੋਰਟ ਕਰੋ ਤਾਂ ਕਿ ਤੁਹਾਡੇ ਲਈ ਇਦਾਂ ਦੀਆਂ ਅੱਛੀ ਅੱਛੀ ਵੀਡੀਓ ਲਿਆਉਂਦੇ ਰਹੇ ਦੇਖੋ ਜੀ ਹੁਣ ਆ ਬਸ ਲਾਸਟ ਹੈ ਲਾਸਟ ਲਾਗੇ ਤੇ ਅਸੀਂ ਫਰਵ ਹੋ ਜਾਣਾ ਮੁੜ ਗਿਆ ਜਿਹੜੀ ਜਾਮਨੀ ਦੀ ਚਿਮਟੀ ਫੜੀ ਹੈ ਨਾ ਐਸੇ ਚਿਮਟੀ ਦੇ ਨਾਲ ਅਸੀਂ ਕੱਟ ਦੇਣੀ ਸਾਰੀ ਇਹ ਆ ਵੇਖੋ ਇੰਜ ਪਾਣਾ ਚਿਮਟਾ ਮੁੜ ਕੇ ਇਹਨੂੰ ਕਰ ਦੇਣਾ ਕੱਟ ਆ ਲਓ ਜੀ ਉਹ ਜਿਹੜੀ ਗੂੰਦ ਲੱਗੀ ਉਹਦੇ ਨਾਲੇ ਚੰਗੀ ਤਰ੍ਹਾਂ ਚ ਮੜ ਜਾਣਗੇ ਜਦੋਂ ਫਿਰ ਤੁਸੀਂ ਲਾਣੀਆ ਫਿਰ ਤੁਸੀਂ ਤੇਲ ਜਿਆ ਲਾਣਾ ਲਾ ਕੇ ਤੇ ਇਹਨਾਂ ਨੂੰ ਹੌਲੀ ਹੌਲੀ ਲਾ ਦੇਣਾ ਤੁਹਾਡੀਆਂ ਅਸਲ ਚਮੜੀਆਂ ਵਿੱਚ ਕੋਲੇ ਦੇਣੀਆਂ ਉਹ ਵੀ ਲੱਥਣਗੇ ਸਹੀ ਤਰ੍ਹਾਂ ਫਿਕਸ ਕਰਕੇ ਆ ਤੁਹਾਡਾ ਲੌਂਗ ਲਾਸਟਿੰਗ ਜਿਹੜਾ ਹੈ ਨਾ ਕੰਮ ਹੋ ਜਾਏਗਾ ਪੂਰੇ ਇੱਕ ਦਿਨ ਲਈ ਮੈਂ ਦੇਵ ਇਜਾਜ਼ਤ ਤੇ ਬੈਨ ਸਪੋਰਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ Bye.